ਪੰਜਾਬ ਵਿੱਚ ਹੁਣ ਤੱਕ ਕਿੰਨੇ ਹੀ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਕੇ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਕਸਬਾ ਜਿੰਦਿਆਲਾ ਗੁਰੂ ਦਾ, ਜਿੱਥੇ ਇੱਕ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਿਆ। ਦਰਅਸਲ ਇਸ ਨੌਜਵਾਨ ਦੀ ਨਸ਼ੇ ਦੀ ਟੀਕਾ ਲਾਉਣ ਦੇ ਨਾਲ ਮੌਤ ਹੋ ਗਈ। ਇਹ ਵਿਅਕਤੀ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਅਜੇ ਥੋੜ੍ਹੇ ਦਿਨ ਪਹਿਲਾਂ ਹੀ ਨਸ਼ੇ ਕਰਨ ਲੱਗਿਆ ਸੀ ਅਤੇ ਇਸ ਵਾਰ ਜਦੋਂ ਉਸ ਨੇ ਨਸ਼ੇ ਦਾ ਟੀਕਾ ਲਾਇਆ ਤਾਂ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕਿਸ ਤਰ੍ਹਾਂ ਹੋ ਗਈ? ਨਸ਼ਾ ਕਰਤਾ ਸੀ। ਅੱਛਾ ਜੀ। ਅੱਗੇ ਕਦੀ ਨਹੀਂ ਸੀ ਕਰਦਾ, ਦੋ ਚਾਰ ਦਿਨ ਹੀ ਹੋਏ ਕਰਦੇ ਨੂੰ। ਕਿਹੜਾ ਨਸ਼ਾ ਕਰਦਾ ਸੀ? ਟੀਕੇ ਲਾਉਂਦਾ ਸੀ। ਅੱਛਾ, ਟੀਕੇ ਲਾਉਂਦਾ। ਕਿੰਨੇ ਵਜੇ ਦੀ ਗੱਲ ਹੈ? 6 ਵਜੇ ਦੀ ਗੱਲ ਆ। 6 ਵਜੇ? ਅੱਛਾ, ਸਵੇਰ ਦੇ ਟਾਈਮ? ਸਵੇਰ ਦੇ ਟਾਈਮ। ਅੱਛਾ, ਤੇ ਕਿੰਨੇ ਜਣੇ ਘਰ ਦੇ ਵਿੱਚ ਕਮਾਉਣ ਵਾਲੇ? ਕਮਾਉਣ ਵਾਲਾ ਕੋਈ ਨਹੀਂ ਹੈਗਾ, ਮੇਰਾ ਆਦਮੀ ਵੀ ਖਤਮ ਹੋ ਗਿਆ ਤੇ ਇਹੋ ਹੀ ਕਮਾਉਣ ਵਾਲਾ ਸੀ, ਦੋ ਬੱਚੇ ਇਹਦੇ। ਕਮਾਉਣ ਵਾਲਾ ਸਾਡੇ ਕੋਈ ਨਹੀਂ ਗਾ। ਕੀ ਮੰਗ ਕੀ ਕਰਦੇ ਜੀ ਹੁਣ ਤੁਸੀਂ ਸਰਕਾਰ ਪਾਸੋਂ? ਸਰਕਾਰ ਸਾਡੀ ਮਦਦ ਕਰੇ। ਹਾਂ, ਕੀ ਸਰਕਾਰ, ਸਰਕਾਰ ਸਾਡੀ ਮਦਦ ਕਰੇ, ਸਾਡੀ ਜੀ ਅਜੰਤ ਪਾਲ ਦੂਗੀ, ਸਾਡੇ ਬੱਚਿਆਂ ਨੂੰ ਨੌਕਰੀ ਪੈਸਾ ਮਿਲ ਜੇ, ਛੋਟੇ ਛੋਟੇ ਬੱਚੇ ਆ, ਹੈਂ, ਦੋ ਬੱਚੇ ਉਹਦੇ, ਕੱਲ੍ਹ ਨੌਕਰੀ ਪੈਸਾ ਉਹਨਾਂ ਨੂੰ ਮਿਲ ਜਾਵੇ ਅਤੇ ਇਹੋ ਸਾਡੀ ਮੰਗ ਆ, ਹੋਰ ਸਾਡੀ ਮੰਗ ਕੋਈ ਨਹੀਂ। ਹਾਂ, ਜਿੰਨਾ ਚਿਰ ਕੋ ਕਰਨੀ ਜੋਗੇ ਉਹਨਾਂ ਚਿਰ, ਚਲੋ ਸਾਡੀ ਇਹ ਮੰਗ ਸਾਨੂੰ, ਚਲੋ ਰੋਟੀ ਸਾਡੀ ਤੋਰ ਸਕੀ, ਸਾਡਾ ਕੋਈ ਕੁਛ ਕਰਨ ਜੋਗਾ ਘਰ ਚ ਨਹੀਂ ਹੋਣਾ, ਅਸੀਂ ਨੌ ਸੱਚ ਆ ਜਾਂ ਸਾਡੇ ਦੋ ਬੱਚੇ ਆ। ਹਾਂਜੀ, ਤੇ ਮਾਤਾ ਜੀ ਜਿਹੜੇ ਨਸ਼ੇ ਵੇਚਦੇ ਆ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹਨਾਂ ਬਾਰੇ ਅਸੀਂ ਤਾਂ ਖਤਮ ਕੀਤਾ ਜਾਵੇ ਇਹਨਾਂ ਨੂੰ ਵੀ, ਇਹਨਾਂ ਤੋਂ ਸਖ਼ਤ ਤੋਂ ਸਖ਼ਤ ਪੈਰਾ ਲੱਗੇ। ਆਹ, ਨਸ਼ੇ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਪੈਰਾ ਚਾਹੀਦਾ ਇਹਨਾਂ ਨੂੰ ਵੀ, ਕਿ ਆਪਣੀ ਦੁਨੀਆ ਹੀ ਮੁੱਕ ਗਈ ਤਾਂ ਆਪਾਂ ਕੀ ਕਰ ਸਕਦੇ, ਹੈ, ਤਾਂ ਹੀ ਦੁਨੀਆ ਆਪਣੀ ਆਪਾਂ ਵੋਟਾਂ ਕਿਸੇ ਵੱਲ ਲਵਾਂਗੇ ਅਤੇ ਆਪਣੀ ਦੁਨੀਆ ਰਹੂਗੀ, ਅਤੇ ਜੇ ਦੁਨੀਆ ਆਪਣੀ ਖਤਮ ਹੋ ਗਈ ਤਾਂ ਆਪਾਂ ਕੀ ਕਰ ਸਕਦੇ ਹਾਂ? ਸਰਕਾਰ ਕੀ ਕਰੂਗੀ ਫਿਰ ਆਪਾਂ?